ਬੜੀ ਖੁਸ਼ੀ ਦੀ ਗੱਲ ਆ ਅੱਜ ਭਾਰਤ ਸਰਕਾਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ 400 ਸਾਲਾ ਪ੍ਰਕਾਸ਼ ਪੁਰਬ ਨੂੰ ਨિમਿਤ 20 ਔਰ 21 ਤਰੀਕ ਨੂੰ ਲਾਲ ਕਿਲੇ ਦੇ ਮੈਦਾਨ ਵਿੱਚ ਭਾਰਤ ਦੀ ਸਰਕਾਰ ਬਹੁਤ ਵੱਡੇ ਸਮਾਗਮ ਕਰਾਉਣ ਜਾ ਰਹੀ ਆ ਔਰ ਇਹ ਦਿਹਾੜਾ ਮਨਾਉਣ ਜਾ ਰਹੀ ਆ ਜਿਸ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਵੀ ਨਾਤਮਸਤਕ ਹੋਣਗੇ ਇੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਸਮਾਗਮ ਕਰਾਏ ਜਾਣਗੇ 400 ਕੀਰਤਨੀਆਂ ਕੀਰਤਨ ਕਰਨਗੇ ਬਹੁਤ ਵੱਡੇ ਲੇਜ਼ਰ ਸ਼ੋਅ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਉਹਨਾਂ ਦਾ ਜੀਵਨ ਕਾਲ ਔਰ ਉਪਦੇਸ਼ ਔਰ ਸੰਦੇਸ਼ ਉਹਨਾਂ ਨੇ ਮਾਨਵਤਾ ਨੂੰ ਦਿੱਤਾ ਹੈ ਉਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਮੈਂ ਭਾਰਤ ਸਰਕਾਰ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜੀ ਦਾ ਔਰ ਉਮੀਦ ਕਰਦੇ ਹਾਂ ਕਿ ਇੱਕ ਸਾਰਥਕ ਕਦਮ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹੋਰ ਲੋਕਾਂ ਤੱਕ ਜਨ ਜਨ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਤੇ ਸੰਦੇਸ਼ ਪਹੁੰਚਾਉਣ ਚ ਕਾਮਯਾਬ ਹੋਵਾਂਗੇ ਬੜੇ ਖੁਸ਼ੀ ਦੀ ਗੱਲ ਆ ਅੱਜ ਭਾਰਤ ਸਰਕਾਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮ ਪ੍ਰਕਾਸ਼ਪੁਰਬ ਨੂੰ ਨਿਮਿਤ 20 ਔਰ 21 ਤਰੀਕ ਨੂੰ ਲਾਲ ਕਿਲੇ ਦੇ ਮੈਦਾਨ ਚ ਭਾਰਤ ਦੀ ਸਰਕਾਰ ਬਹੁਤ ਵੱਡੇ ਸਮਾਗਮ ਕਰਾਉਣ ਜਾ ਰਹੀ ਆ ਔਰ ਇਹ ਦਿਹਾੜਾ ਮਨਾਉਣ ਜਾ ਰਹੀ ਆ ਜਿਸ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਵੀ ਨਾਤਮਸਤਕ ਹੋਣਗੇ ਇੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਸਮਾਗਮ ਕਰਾਏ ਜਾਣਗੇ 400 ਕੀਰਤਨੀਆਂ ਕੀਰਤਨ ਕਰਨਗੇ ਬਹੁਤ ਵੱਡੇ ਲੇਜ਼ਰ ਸ਼ੋਅ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਉਹਨਾਂ ਦਾ ਜੀਵਨ ਕਾਲ ਔਰ ਉਪਦੇਸ਼ ਔਰ ਸੰਦੇਸ਼ ਉਹਨਾਂ ਨੇ ਮਨੁੱਖਤਾਂ ਨੂੰ ਦਿੱਤਾ ਹੈ ਉਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਮੈਂ ਪਾਰ ਸਰਕਾਰ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜੀ ਦਾ ਔਰ ਉਮੀਦ ਕਰਦੇ ਹਾਂ ਕਿ ਇੱਕ ਸਾਰਥਕ ਕਦਮ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹੋਰ ਲੋਕਾਂ ਤੱਕ ਜਨ ਜਨ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਤੇ ਸੰਦੇਸ਼ ਪਹੁੰਚ ਚ ਕਾਮਯਾਬ ਹੋਵਾਂ ਬੜੇ ਖੁਸ਼ੀ ਦੀ ਗੱਲ ਆ ਅੱਜ ਪਾਰ ਸਰਕਾਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ 400 ਸਾਲਾ ਪ੍ਰਕਾਸ਼ ਪੁਰਬ ਨੂੰ ਨਿਮਿਤ 20 ਔਰ 21 ਤਰੀਕ ਨੂੰ ਲਾਲ ਕਿਲੇ ਦੇ ਮੈਦਾਨ ਚ ਭਾਰਤ ਦੀ ਸਰਕਾਰ ਬਹੁਤ ਵੱਡੇ ਸਮਾਗਮ ਕਰਾਉਣ ਜਾ ਰਹੀ ਹੈ ਔਰ ਇਹ ਦਿਹਾੜਾ ਮਨਾਉਣ ਜਾ ਰਹੀ ਹੈ ਜਿਸ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਵੀ ਨਾਤਮਸਤਕ ਹੋਣਗੇ ਇੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਸਮਾਗਮ ਕਰਾਏ ਜਾਣਗੇ 400 ਕੀਰਤਨੀਆਂ ਕੀਰਤਨ ਕਰਨਗੇ ਬਹੁਤ ਵੱਡੇ ਲੇਜ਼ਰ ਸ਼ੋਅ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਉਹਨਾਂ ਦਾ ਜੀਵਨ ਕਾਲ ਔਰ ਉਪਦੇਸ਼ ਔਰ ਸੰਦੇਸ਼ ਉਹਨਾਂ ਨੇ ਮਨੁੱਖਤਾਂ ਨੂੰ ਦਿੱਤਾ ਹੈ ਉਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਮੈਂ ਭਾਰਤ ਸਰਕਾਰ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜੀ ਦਾ ਔਰ ਉਮੀਦ ਕਰਦੇ ਆ ਕਿ ਇੱਕ ਸਾਰਥਕ ਕਦਮ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹੋਰ ਲੋਕਾਂ ਤੱਕ ਜਨ ਜਨ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਤੇ ਸੰਦੇਸ਼ ਪਹੁੰਚ ਕਾਮਯਾਬ ਹੋਗਾ ਬੜੇ ਖੁਸ਼ੀ ਦੀ ਗੱਲ ਆ ਅੱਜ ਭਾਰਤ ਸਰਕਾਰ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ 400 ਸਾਲਾ ਪ੍ਰਕਾਸ਼ ਪੁਰਬ ਨੂੰ ਨિમਿਤ 20 ਔਰ 21 ਤਰੀਕ ਨੂੰ ਲਾਲ ਕਿਲੇ ਦੇ ਮੈਦਾਨ ਵਿੱਚ ਭਾਰਤ ਦੀ ਸਰਕਾਰ ਬਹੁਤ ਵੱਡੇ ਸਮਾਗਮ ਕਰਾਉਣ ਜਾ ਰਹੀ ਆ ਔਰ ਇਹ ਦਿਹਾੜਾ ਮਨਾਉਣ ਜਾ ਰਹੀ ਆ ਜਿਸ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਵੀ ਨਤਮਸਤਕ ਹੋਣਗੇ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਗਮ ਕਰਾਏ ਜਾਣਗੇ 400 ਕੀਰਤਨੀਆਂ ਕੀਰਤਨ ਕਰਨਗੇ ਬਹੁਤ ਵੱਡੇ ਲੀਡਰ ਸ਼ੋਅ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਉਹਨਾਂ ਦਾ ਜੀਵਨ ਕਾਲ ਔਰ ਉਪਦੇਸ਼ ਔਰ ਸੰਦੇਸ਼ ਉਹਨਾਂ ਨੇ ਮਾਨਵਤਾ ਨੂੰ ਦਿੱਤਾ ਹੈ ਉਸ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਮੈਂ ਭਾਰਤ ਸਰਕਾਰ ਨੂੰ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜੀ ਦਾ ਔਰ ਉਮੀਦ ਕਰਦੇ ਹਾਂ ਕੀ ਇੱਕ ਸਾਰਥਕ ਕਦਮ ਹੋਊਗਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹੋਰ ਲੋਕਾਂ ਤੱਕ ਜਨ ਜਨ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਪਦੇਸ਼ ਤੇ ਸੰਦੇਸ਼ ਪਹੁੰਚ ਪਹੁੰਚ ਕਾਮਯਾਬ ਹੋਵਾਂਗੇ